ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ ਹੈ 10 ਸਤੰਬਰ ਨੂੰ ਬੜੀਆਂ ਖੁਸ਼ੀਆਂ ਤੇ ਚਾਵਾਂ ਦੇ ਨਾਲ ਬਟਾਲਾ ਦੀ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ। ਜੇ ਗੱਲ ਕਰ ਲਈਏ ਲੰਗਰ ਭੰਡਾਰਿਆਂ ਦੀ ਤੇ ਲੰਗਰ ਭੰਡਾਰੇ ਵੀ ਜਿਹੜੇ ਨੇ ਸੁਲਤਾਨਪੁਰ ਲੋਧੀ ਤੋਂ ਲੈ ਕੇ ਬਟਾਲਾ ਦੀ ਧਰਤੀ ਤੱਕ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਨੇ ਤਿਆਰ ਹੁੰਦੇ ਨੇ ਤੇ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਨੇ। ਬੜਾ ਚਾਹ ਹੁੰਦਾ ਹੈ ਕਿ ਵਿਆਹ ਪੁਰਬ ਮਨਾਉਣਾ। ਜਦੋਂ ਘਰ ਦੇ ਵਿੱਚ ਵਿਆਹ ਹੁੰਦਾ ਹੈ ਤਾਂ ਤਿਆਰੀਆਂ ਜਿਹੜੀਆਂ ਨੇ ਸਾਲ ਪਹਿਲਾਂ ਹੀ ਜਿਹੜੀਆਂ ਨੇ ਸ਼ੁਰੂ ਹੋ ਚੁੱਕੇ ਨੇ, ਉਹ ਜਾਂਦੀਆਂ ਨੇ। ਸੋ ਆਪਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਟਾਲਾ ਦੇ ਵਿੱਚ ਵੀ ਕਿਲੋਆਂ ਦੇ ਹਿਸਾਬ ਨਾਲ ਨਹੀਂ, ਕੁਇੰਟਲਾਂ ਦੇ ਹਿਸਾਬ ਨਾਲ ਨਹੀਂ, ਟਨਾਂ ਦੇ ਹਿਸਾਬ ਨਾਲ ਜਿਹੜਾ ਹੈ ਉਹ ਭਾਜੀ ਤਿਆਰ ਕੀਤੀ ਜਾ ਰਹੀ ਹੈ। ਹਰ ਇੱਕ ਤਰ੍ਹਾਂ ਦੀ ਭਾਜੀ ਜਿਹੜੀ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਸ਼ੱਕਰ ਭਾਰੇ ਜਾਂ ਮੱਠੀਆਂ ਸੇਵੀਆਂ ਨਾ ਹੋਣ ਤਾਂ ਵਿਆਹ ਵਾਲਾ ਘਰ ਨਹੀਂ ਮੰਨਿਆ ਜਾਂਦਾ। ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਇੱਧਰ ਟਨਾਂ ਦੇ ਹਿਸਾਬ ਨਾਲ, ਟਨਾਂ ਦੇ ਹਿਸਾਬ ਨਾਲ ਜਿਹੜੀ ਹੈ ਭਾਜੀ ਤਿਆਰ ਕੀਤੀ ਗਈ ਹੈ। ਕਿਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਆਪਾਂ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ। ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਕੰਧ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਹੈ ਭਾਜੀ ਤਿਆਰ ਕਰਾ ਰਹੇ ਨੇ। ਹਰ ਇੱਕ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਭਾਜੀ ਜਾਂਦੀ ਹੈ ਪ੍ਰਸ਼ਾਦ ਰੂਪੀ, ਆਪਾਂ ਗੱਲਬਾਤ ਕਰਾਂਗੇ ਕਿਦੋਂ ਤੋਂ ਉਪਰਾਲਾ ਕੀਤਾ ਗਿਆ ਤੇ ਕਿੰਨੀ ਕੁ ਬਾਬੇ ਨਾਨਕ ਦੀ ਕਿਰਪਾ ਹੈ ਸਾਰੀ ਮੈਂਬਰਾਂ ਦੇ ਉੱਤੇ। ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਬਾਬਾ ਜੀ। ਸਤਿ ਸ੍ਰੀ ਅਕਾਲ ਜੀ ਮਹਾਰਾਜ। ਕੀ ਨਾਮ ਜੀ? ਮੇਰਾ ਨਾਮ ਸਤਨਾਮ ਸਿੰਘ, ਜੋੜਾ ਘਰ ਸੇਵਾ ਸਾਡੀ ਗੁਰਦੁਆਰਾ ਕੰਧ ਸਾਹਿਬ ਦਾ ਸੇਵਾਦਾਰ ਜੀ। ਜੀ ਸਤਨਾਮ ਸਿੰਘ ਜੀ, ਕਿੰਨੀ ਦੇਰ ਤੋਂ ਜਿਹੜੀ ਹੈ ਸੇਵਾ ਨਿਭਾਈ ਜਾ ਰਹੀ ਹੈ ਤੁਹਾਡੇ ਮੈਂਬਰਾਂ ਵੱਲੋਂ ਤੇ ਤੁਹਾਡੇ ਵੱਲੋਂ ਕਿੰਨੀ ਕੁ ਬਾਬੇ ਨਾਨਕ ਦੀ ਕਿਰਪਾ, ਕਿੰਨੀ ਦੇਰ ਤੋਂ ਜਿਹੜੀ ਸੇਵਾ ਨਿਭਾਈ ਜਾ ਰਹੀ? ਇਹ ਜੀ ਪਿਛਲੇ 25 ਸਾਲ ਹੋ ਗਏ ਨੇ ਸੇਵਾ ਚਾਲੂ ਕਰਦੇ ਹਾਂ। ਪਹਿਲਾਂ ਤੇ 2 ਕੁਇੰਟਲ 2.5 ਕੁਇੰਟਲ ਤੋਂ ਚਾਲੂ ਕੀਤੀ ਸੀ, ਪਰ ਹੌਲੀ ਹੌਲੀ ਵਧਦਿਆਂ ਵਧਦਿਆਂ ਇਹ ਸੇਵਾ ਜਿਹੜੀ ਆ ਪਿਛਲੇ ਸਾਲ 10 ਟਨ ਆਪਾਂ ਕੀਤੀ ਸੀ। 10 ਟਨ ਦੇ ਵਿੱਚ ਵੀ ਕੁਝ ਸੰਗਤ ਸਾਡੀ ਨਾਸ ਹੋ ਕੇ ਗਈ, ਆਪਾਂ ਉਸ ਨੂੰ ਮੁੱਧ ਰੱਖਦੇ ਹੋਇਆ ਮੁੱਖ ਰੱਖਦੇ ਹੋਇਆ ਆਪਾਂ ਇਸ ਸਾਲ 2 ਟਨ ਵਧਾਈ ਆ, ਆਪਾਂ 12 ਟਨ ਕੀਤੀ ਆ। 12 ਟਨ ਵੰਡ ਕੇ ਦੇਖਾਂਗੇ ਜੇ ਕੁਝ ਰਹਿ ਗਈ ਕਸਰ ਰਹਿ ਗਈ ਅਗਲੇ ਸਾਲ ਫੇਰ ਵਧਾ ਦਾਂਗੇ। ਬਾਬੇ ਨਾਨਕ ਦੀ ਕਿਰਪਾ ਵਾ, ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਜਿਹੜਾ ਉਹ ਸਦਾ ਹੀ ਚੱਲਦਾ ਰਹਿਣਾ, ਉਹ ਚ ਥੋੜ ਨਹੀਂ ਆਉਂਦੀ ਕਿਸੇ ਚੀਜ਼ ਦੀ ਵੀ ਨਹੀਂ। ਭੰਡਾਰ ਵੇਖੋ, ਭਾਜੀ ਦੇ ਬਣ ਗਈ ਆ, ਫਿਰ ਵੀ ਕੱਚੇ ਮਟੀਰੀਅਲ ਦੇ ਭੰਡਾਰ ਭਰੇ ਪਏ ਨੇ, ਤੇਲ ਉਤਰਾ ਪਏ ਨੇ, ਖੰਡ ਦੀਆਂ ਬੋਰੀਆਂ ਉਤਰਾ ਪਈਆਂ ਨੇ, ਬਹੁਤ ਭੰਡਾਰ ਆ, ਬੜੀ ਕਿਰਪਾ ਵਾ। ਨੀਅਤ ਸਾਫ਼ ਨਾਲ ਮਹਾਰਾਜ ਜੋ ਸੇਵਾ ਕਰਾਉਂਦੇ ਨੇ ਬਹੁਤ ਵੱਧ ਚੜ੍ਹ ਕੇ ਹੁੰਦੀ ਹੈ। ਸੋ ਕਿੰਨੀ ਦੇਰ ਤੋਂ ਜਿਹੜੀ ਇਹ ਸੇਵਾ ਚੱਲਦੀ ਵੀ ਤੁਹਾਡੀ, ਤੇ ਕਿੰਨੇ ਮੈਂਬਰ ਨੇ ਤੇ ਕਿੱਥੋਂ ਕਿੱਥੋਂ ਜਿਹੜਾ ਇਹ ਸਹਿਯੋਗ ਮਿਲਦਾ ਮੈਂਬਰਾਂ ਦਾ? ਕਿਉਂਕਿ ਮੈਨੂੰ ਪਤਾ ਲੱਗਿਆ ਕਿ ਬੜੇ ਉਪਰਾਲੇ ਕਰਦੇ ਨੇ ਸੇਵਾ, ਜੋੜਾ ਘਰ ਵਾਲੇ ਜਿਹੜੇ ਨੇ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ, ਹਰ ਇੱਕ ਲੋੜਵੰਦ ਦੀ ਮਦਦ ਵੀ ਕਰਦੇ ਹੋ, ਕਿੰਨੀ ਦੇਰ ਤੋਂ ਜਿਹੜੀ ਸੇਵਾ ਚੱਲਦੀ ਤੇ ਕੀ ਸੇਵਾ ਨਿਭਾਈਆਂ ਜਾ ਰਹੀਆਂ? ਸੇਵਾ ਸਾਡੀ ਉਤਰਾ ਦੇ 30-35 ਸਾਲ ਤੋਂ ਚੱਲਦੀ, ਪਰ ਇਹ ਭਾਜੀ ਦੀ ਸੇਵਾ ਪਿਛਲੇ 25 ਸਾਲ ਤੋਂ ਚੱਲਣ ਡਏ ਆ ਜੀ। ਇਹ ਬਾਕੀ ਅਸੀਂ ਵਿਧਵਾ ਬੀਬੀਆਂ ਦੇ ਵਾਸਤੇ ਵੀ ਦਿੰਦੇ ਆ 1000 ਰੁਪਏ ਦਾ, ਜਿਨ੍ਹਾਂ ਦੇ ਉਹਨਾਂ ਨੂੰ ਬੱਚਿਆਂ ਦੇ ਪੜ੍ਹਾਈ ਦਾ ਖਰਚਾ ਵੀ ਦਿੰਦੇ ਆ। ਹੋਰ ਵੀ ਸੇਵਾਵਾਂ ਜੇ ਸਾਡੇ ਵੱਧ ਤੋਂ ਵੱਧ ਹੁੰਦੀਆਂ ਨੇ ਆਪਾਂ ਕਰਨ ਦੀ ਕੋਸ਼ਿਸ਼ ਪੂਰੀ ਕਰੀਦੀ ਆ। ਬਾਕੀ ਸਾਡਾ 350 ਮੈਂਬਰ ਵਾ ਜੀ, ਉਹਨਾਂ ਵਿੱਚੋਂ ਬੱਚੇ ਕਈ ਬਾਹਰ ਗਏ ਨੇ, ਬਾਹਰੋਂ ਵੀ ਦਸਵੰਦ ਭੇਜਦੇ ਨੇ, ਉਹਨਾਂ ਨੂੰ ਪਹਿਲਾਂ ਕਿਹਾ ਵੀ ਦਸਵੰਦ ਜ਼ਰੂਰ ਕੱਢਿਆ ਕਰੋ, ਇਹ ਬਾਬੇ ਨਾਨਕ ਦੀ ਪਰੰਪਰਾ ਹੈ ਦਸਵੰਦ ਕੱਢਣ ਦੀ, ਉਹ ਦਸਵੰਦ ਫਿਰ ਬੱਚੇ ਕੱਢਦੇ ਨੇ, ਉਹ ਭੇਜਦੇ ਨੇ, ਆਪਾਂ ਅਗਾਂਹ ਕਾਰਜ ਕਰੀ ਜਾਂਦੇ ਹਾਂ ਜੀ। ਸੋ ਫਿਰ ਕਿੰਨੀ ਕੁ ਬਾਬੇ ਨਾਨਕ ਦੀ ਕਿਰਪਾ ਹੈ, ਤੁਸੀਂ ਵਿਦੇਸ਼ਾਂ 'ਚ ਬੱਚੇ ਗਏ ਨੇ ਉਹਨਾਂ 'ਤੇ ਵੀ ਕਿਰਪਾ ਹੈ, ਤੁਹਾਡੇ ਪਰਿਵਾਰਾਂ 'ਤੇ ਵੀ ਕਿਰਪਾ ਹੈ। ਕਿਤੇ ਨਾ ਕਿਤੇ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਜਦੋਂ ਇੱਦਾਂ ਦਾ ਕੰਮ ਹੋਏ ਤਾਂ ਕੋਈ ਨਾ ਕੋਈ ਚੀਜ਼ ਰਹਿ ਜਾਂਦੀ, ਪਰ ਤੁਹਾਡੇ ਵੱਲੋਂ ਬੜੇ ਭੰਡਾਰ ਭਰੇ ਗਏ ਨੇ, ਹਰ ਇੱਕ ਤਰ੍ਹਾਂ ਦੀ ਚੀਜ਼ ਵਧੀਆ ਵਰਾਇਟੀ ਨਾਲ ਜਿਹੜਾ ਸਾਫ਼ ਸਫਾਈ ਦੇ ਨਾਲ ਜਿਹੜਾ ਲੰਗਰ ਭੰਡਾਰਾ ਤਿਆਰ ਭਾਜੀ ਤਿਆਰ ਕਰਦੇ ਪਿਓ, ਕਿੱਦਾਂ ਦਾ ਫਿਰ ਅਰੇਂਜਮੈਂਟ ਹੁੰਦਾ? ਉਹ ਜੀ ਉਹ ਸਾਡਾ ਵਿਆਹ ਦਾ ਕੰਮ ਜਿਹੜਾ ਹੁੰਦਾ, ਸਾਡੇ ਵੀ ਘਰੇਲੂ ਵਿਆਹ ਕਰਨੇ ਤਾਂ ਬਜਟ ਹੁੰਦਾ ਇੱਕ, ਅਸੀਂ 5000 ਦੀ ਭਾਜੀ ਕੱਢਣੀ, 6000 ਭਾਜੀ ਤੋਂ ਲਾਉਣਾ, ਇਹ ਤਾਂ ਬਾਬੇ ਨਾਨਕ ਦਾ ਗੁਰੂ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਆ, ਇੱਥੇ ਕੋਈ ਬਜਟ ਨਹੀਂ ਆ, ਕੋਈ ਲਿਮਿਟ ਨਹੀਂ ਆ, ਇਹ 20 ਰੁਪਏ ਦਾ ਲੰਗਰ ਚੱਲਦਾ ਰਹਿਣਾ, ਚੱਲਦਾ ਹੀ ਰਹਿਣਾ, ਚੱਲਦਾ ਹੀ ਰਹਿਣਾ, ਤੇ ਬਰਕਤਾਂ ਪੈਂਦੀਆਂ ਰਹਿਣੀਆਂ। ਇਹ ਮੈਂ ਨਾ 12 ਟਨ ਗਈ, ਇਹ 25 ਟਨ ਹੋ ਜਾਵੇਗੀ ਤਾਂ ਵੀ ਥੋੜ ਨਹੀਂ ਆਉਣੀ, ਇਹ ਬਾਬੇ ਨਾਨਕ ਦੇ ਲੰਗਰ ਦੀ ਸੰਬੰਧ 20 ਰੁਪਏ ਦਾ ਨਾ, ਇਹ ਖਤਮ ਨਹੀਂ ਹੋਣ ਵਾਲਾ, ਇਹ ਤਾਂ ਦੁਨੀਆ ਸਾਰੀ ਨੂੰ ਰਜਾ ਦੇਊਗਾ, ਪੂਰੀ ਦੁਨੀਆ ਨੂੰ ਰਜਾ ਦੇਊਗਾ, ਸਾਰੀ ਕੌਮਾਂ ਨੂੰ ਰਜਾ ਦੇਊਗਾ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਜੀ। ਸੋ ਫਿਰ
ਹੋਰ ਕਿਹੜੀਆਂ ਕਿਹੜੀਆਂ ਸੇਵਾ ਨਿਭਾਈਆਂ ਜਾਂਦੀਆਂ ਜੋਰਾ ਘਰ ਸੇਵਾ ਸੁਸਾਇਟੀ ਵੱਲੋਂ ਕੰਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੀ ਕਿਹੜੀ ਸੇਵਾ ਤੁਹਾਡੇ ਵੱਲੋਂ ਕੀਤੀਆਂ ਜਾਂਦੀਆਂ? ਅਸੀਂ ਕੰਨ ਸਾਹਿਬ ਸੇਵਾ ਜੀ ਆਰਪੀਓ ਬਾਬੇ ਨਾਨਕ ਦੀ ਕਿਰਪਾ ਨਾਲ ਮਹਿੰਦਰ ਸਾਹਿਬ ਨੇ ਸਾਡੀ ਝੋਲੀ ਵਿੱਚ ਕਾਫੀ ਸੇਵਾਵਾਂ ਪਾਈਆਂ। ਅਸੀਂ ਗੁਰਦੁਆਰਾ ਸਾਹਿਬ ਨੂੰ ਰੰਗ ਰੋਗੇ ਤੇ ਹਰ ਸਾਲ ਕਰੀਦਾ ਕਰੀਦਾ। ਐਰਕੀ ਨਾਲ ਦੋ ਵੱਡੇ ਸਮਰਸੀਕਲ ਬੋਰ ਵੀ ਕਰਵਾਏ, ਉਹ ਨਾਲ ਉਹਨਾਂ ਨੇ ਪੂਰੀ ਬਿਲਡਿੰਗ ਦੀ ਰਿਪੇਅਰ ਵੀ ਕਰਵਾ ਦੀ ਸੇਵਾ ਦਿੱਤੀ। ਉਸ ਤੋਂ ਬਾਅਦ ਟੈਂਕੀਆਂ ਦੀ ਸਫਾਈ, ਟੈਂਕੀਆਂ ਦੇ ਪੈਪ ਟੁੱਟੀਆਂ ਟਾਟੀਆਂ ਸਾਰੀਆਂ ਬਦਲਣ ਦੀ ਸੇਵਾਵਾਂ ਦਿੱਤੀਆਂ। ਹੁਣ ਬਾਜ਼ਾਰ 'ਚ ਪੱਖੇ ਲੱਗਣੇ ਨੇ ਸੰਗਤਾਂ 'ਤੇ, ਬਾਜ਼ਾਰ 'ਚ ਗਲੀਆਂ 'ਚ ਪੱਖੇ ਲੱਗਣੇ ਨੇ, ਉਧਰੋਂ ਕੰਨ ਸਾਹਿਬ ਦੇ ਪਾਣੀ ਵਾਲੇ ਪੱਖੇ ਲੱਗਣੇ, ਕੂਲਰ ਲੱਗਣੇ, ਉਹ ਸਾਰੀਆਂ ਸੇਵਾਵਾਂ ਮੈਨੇਜਰ ਸਾਹਿਬ ਦੀ ਬਹੁਤ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਨੂੰ ਇੰਨੀਆਂ ਸੇਵਾਵਾਂ ਦਿੱਤੀਆਂ ਨੇ। ਅਸੀਂ ਵੱਧ ਤੋਂ ਵੱਧ ਸੇਵਾਵਾਂ ਕਰਨ ਤਿਆਰ ਹਾਂ। ਲੋਕੀ ਸਲਾਹ ਕਰਦੇ ਨੇ, ਅਸੀਂ ਸਲਾਹ ਨਹੀਂ ਕਰਦੇ, ਅਸੀਂ ਝੋਲੀ ਹਟਨੇ ਆ। ਸਾਨੂੰ ਕਿਸੇ ਵੀ ਕਾਰਜ ਦੀ, ਬਾਬੇ ਨਾਨਕ ਦੇ ਵਿਆਹ ਦੀ ਕੋਈ ਵੀ ਕਾਰਜ ਦੀ ਸਾਈਂ ਸੇਵਾ ਲੈਣੀ ਹੈ, ਅਸੀਂ ਝੋਲੀ ਹਟ ਕੇ ਖਲੋਏ ਨੇ ਆ। ਜੋੜਾ ਘਰ ਸੇਵਾ ਸੈਟੀ ਵਾਲੇ ਜੋ ਕਿ ਤਨੋ ਮਨੋ ਤੇ ਧੰਨ ਮਨ ਨਾਲ ਸਾਰੇ ਸੇਵਾ ਕਰਦੇ ਆ ਜੀ। ਸਾਡੇ ਨਾਲ ਸੰਗਤ ਦਾ ਬਹੁਤ ਰੁਝਾਨ ਆ, ਸਾਡੇ ਨਾਲ ਸੰਗਤ ਬਹੁਤ ਜੁੜੀ ਆ ਸਾਡੇ ਨਾਲ। ਆਹ ਜਿਹੜਾ ਮਟੀਰੀਅਲ ਆਇਆ ਕਿਸੇ ਕੋਈ ਬਾਜ਼ਾਰਾਂ 'ਚ ਗ੍ਰਾਹੀ ਨਹੀਂ ਕੀਤੀ, ਕੁਝ ਨਹੀਂ ਕਰਦੇ। ਬਾਬੇ ਨਾਨਕ ਦੀ ਕਿਰਪਾ, ਆਪੇ ਹੱਥ 'ਚ ਪਾ ਜਾਂਦੇ, ਆਪੇ ਲੰਗਰ ਭੇਜਦੇ ਨੇ, ਆਪੇ ਰਾਸ਼ਨ ਭੇਜ ਦਿੰਦੇ ਨੇ, ਖੰਡ ਭੇਜਦਾ ਕੋਈ, ਕਿੰਨੀਆਂ ਬੋਰੀਆਂ ਭੇਜਦਾ, ਕਿੰਨੀਆਂ ਤੇ ਬਾਬਾ ਨਾਨਕ ਭੇਜ ਜਾਂਦਾ, ਉਹ 20 ਰੁਪਏ ਦਾ ਲੰਗਰ ਤੇ ਰਹਿਣਾ, ਉਹ ਇੰਨਾ ਖਲੰਡਿਆ ਕੋਈ ਹਿਸਾਬ ਹੀ ਨਹੀਂ, ਮੈਂ ਕੋਈ ਦੱਸ ਨਹੀਂ ਸਕਦਾ। ਸੋ ਬਾਬਾ ਜੀ ਫਿਰ ਝੋਲੀ ਦੇ ਵਿੱਚ ਸਾਰੀਆਂ ਸੇਵਾਵਾਂ ਪਾਈ ਜਾਂਦੇ ਆ ਤੁਸੀਂ ਖੁਸ਼ੀਆਂ ਦੇ ਨਾਲ, ਪਰ ਕਿਤੇ ਨਾ ਕਿਤੇ ਬਾਬੇ ਨਾਨਕ ਦੀ ਕਿਰਪਾ ਹੁੰਦੀ ਹੈ, ਭੰਡਾਰੇ ਵੀ ਫਿਰ ਭਰੇ ਰਹਿੰਦੇ, ਤੁਹਾਡੇ ਵੀ ਜਿਹੜੇ ਫੋਰਨ ਦੇ ਬੱਚੇ ਗਏ ਨੇ, ਤੁਹਾਡਾ ਪਰਿਵਾਰ ਆ, ਕਿਤੇ ਨਾ ਕਿਤੇ ਸਾਰਿਆਂ ਤੇ ਕਿਰਪਾ ਵੀ ਹੁੰਦੀ, ਕਿਉਂਕਿ ਤੁਸੀਂ ਖੁਸ਼ੀ ਨਾਲ ਝੋਲੀ ਅੱਡਦੇ ਹੋ ਤੇ ਉਹ ਝੋਲੀਆਂ ਭਰਦੇ ਨੇ ਤੇ ਖਜ਼ਾਨੇ ਵੀ ਭਰ ਦਿੰਦੇ ਨੇ ਕਿਤੇ ਨਾ ਕਿਤੇ। ਹਾਂਜੀ, ਉਹ ਤਾਂ ਸੱਚ ਆ ਜੀ ਗੱਲ, ਖਜ਼ਾਨੇ ਤੇ ਭਰਨੇ ਆ, ਉਹਨਾਂ ਦੀਆਂ ਖੁਸ਼ੀਆਂ ਦਵਾਵਾਂ ਜਦੋਂ ਉਹ ਤੋਂ ਭੇਜਦੇ ਨੇ ਵੀ ਸਾਨੂੰ ਆਹ ਅਰਦਾਸ ਕਰਦੇ, ਉਹ ਅਰਦਾਸਾਂ ਕਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ, ਉਹ ਫਿਰ ਆਪਣਾ ਦਸੰਦ ਕੱਢ ਕੇ ਸਾਨੂੰ ਭੇਜਦੇ ਨੇ, ਉਹ ਅਰਦਾਸਾਂ ਕਬੂਲ ਹੁੰਦੀਆਂ ਨੇ, ਉਹ ਬਾਬੇ ਨਾਨਕ ਦੀ ਸਾਰੀ ਕਿਰਪਾ ਜੀ। ਬਾਬਾ ਜੀ ਫਿਰ ਕਿੱਥੇ ਕਿੱਥੇ ਪ੍ਰਸ਼ਾਦ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਇਹ ਪ੍ਰਸ਼ਾਦ ਜੀ ਪਹਿਲਾਂ ਬਾਬੇ ਦੇ ਵਿਆਹ ਵਾਲੇ ਦਿਨ ਰਾਤ ਨੂੰ ਲੈ ਜਾਈਦਾ, ਬਸ ਅਗਲੇ ਦਿਨ ਸਵੇਰੇ ਸਾਰੀ ਸੰਗਤ ਨੂੰ ਵੰਡੀ ਦਾ ਜੀ। ਉੱਥੇ ਜਿੰਨੀ ਸੁੱਤੀ ਹੁੰਦੀ ਸੰਗਤ ਸਾਰੇ ਭਾਜੀ ਤੇ ਪ੍ਰਸ਼ਾਦ ਪੈਕ ਕਰਕੇ ਵੰਡ ਦਿੰਦੇ ਇਹਨਾਂ ਨੂੰ, ਉਹਨੂੰ ਪੈਕ ਕਰਕੇ ਦਈਦਾ ਵੀ ਆ ਲਓ ਭਾਜੀ ਦੇ ਦੂਜਾ ਬੇਦ ਦਾ ਪ੍ਰਸ਼ਾਦ, ਬਾਬਾ ਜੀ ਦਾ ਵਿਆਹ ਸੰਪੂਰਨ ਹੋਇਆ, ਇਹ ਤੁਸੀਂ ਜਾਓ ਹੁਣ, ਅਗਲੇ ਸਾਲ ਵਿਆਹ ਦੇ ਆਉਣ ਦਾ ਸੱਦਾ ਦਿੱਤਾ ਜਾਂਦਾ। ਤੋ ਕੀ ਫਿਰ ਮੈਸੇਜ ਦੇਣਾ ਚਾਹੁੰਦੇ ਜਿਹੜੇ ਪੰਜਾਬ ਤੋਂ ਬਾਹਰ ਫੋਰਨ ਤੋਂ ਵੀ ਸੰਗਤਾਂ ਪਹੁੰਚਦੀਆਂ? ਸਾਡਾ ਮੈਸੇਜ ਇਹ ਵੀ ਸਾਡੇ ਜਿਹਨੂੰ ਭਾਜੀ ਨਹੀਂ ਮਿਲਦੀ ਤੁਹਾਡੇ ਕਈ ਉਹ ਭਰ ਨਹੀਂ ਸਕਦਾ, ਸਾਡਾ ਨੰਬਰ ਹੈਗਾ ਵਾ 9465505104, 9465505104, ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਸਾਡੇ ਜਿੱਥੇ ਭਾਜੀ ਲੱਗਦੇ ਸਾਡੇ ਭੰਡਾਰ ਚੋਂ ਵੀ ਆ ਕੇ ਤੁਸੀਂ ਭਾਜੀ ਲੈ ਸਕਦੇ ਜੀ। ਉਸ ਤਰ੍ਹਾਂ ਵੀ ਬਾਬਾ ਜੀ ਦੇ ਵਿਆਹ ਤੋਂ ਬਾਅਦ ਸੰਗਤਾਂ ਹੁੰਦੀਆਂ ਨੇ ਕਿ ਲੁਧਿਆਣੇ ਆ ਕੇ ਬੱਸਾਂ, ਅੰਮ੍ਰਿਤਸਰ ਜਲੰਧਰੋਂ ਬੱਸਾਂ ਹੁੰਦੀਆਂ ਨੇ, ਉਹ ਜੇ ਨਹੀਂ ਮਿਲਦੀ ਫਿਰ ਕੰਟੈਕਟ ਕਰਕੇ ਸਿੱਧਾ ਸਾਡੇ ਆਉਂਦੇ ਨੇ, ਅਸੀਂ ਉੱਥੇ ਭਾਜੀ ਇਹਨਾਂ ਨੂੰ ਤੇ ਦੇਈ ਦੀ ਭੰਡਾਰ ਦੀ ਟਿਕਟ। ਸੋ ਗੱਲਬਾਤ ਕੀਤੀ ਹੈ ਜੀ, ਉਹਨਾਂ ਨੇ ਕਿਹਾ ਹੈ ਕਿ ਬੜਾ ਵਧੀਆ ਉਪਰਾਲਾ ਜੀ, ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਭਾਜੀ ਨਹੀਂ ਮਿਲਦੀ ਉਹ ਤੁਸੀਂ ਗਰੁੱਪ ਬਣਾ ਲਓ, ਇਸ ਨੰਬਰ ਦੇ ਉੱਤੇ ਵਟਸਐਪ ਤੇ ਤੁਸੀਂ ਮੈਸੇਜ ਕਰੋ ਤੇ ਤੁਹਾਡੇ ਬਟਾਲਾ ਤੋਂ ਲੈ ਕੇ ਜਲੰਧਰ, ਲੁਧਿਆਣੇ, ਦਿੱਲੀ ਕਿਤੇ ਵੀ ਤੁਸੀਂ ਰਹਿੰਦੇ ਹੋ ਉੱਥੇ ਤੁਹਾਡੇ ਗਰੁੱਪ ਬਣਾ ਕੇ ਤੁਸੀਂ ਮੈਸੇਜ ਕਰੋ, ਉੱਥੇ ਤੁਹਾਨੂੰ ਪੈਕ ਕਰਕੇ ਪ੍ਰਸ਼ਾਦ ਜਿਹੜਾ ਬਾਬਾ ਜੀ ਦਾ ਪਹੁੰਚ ਜਾਏਗਾ। ਸੋ ਬਾਬਾ ਨਾਨਕ ਕਿਰਪਾ ਕਰੇ ਇਹਨਾਂ ਦੇ ਸਾਰਿਆਂ ਪਰਿਵਾਰਾਂ ਦੇ ਉੱਤੇ। ਏਦਾਂ ਹੀ ਟਨਾਂ ਦੇ ਹਿਸਾਬ ਨਾਲ ਕਹਿੰਦੇ ਨੇ ਕਿ ਪਿਛਲੀ ਵਾਰ 10 ਟਨ ਸੀ ਤੇ ਐਤਕੀ 12 ਟਨ ਭਾਜੀ ਕੱਢੀ ਗਈ ਹੈ, ਤੇ ਅਗਲੀ ਵਾਰ ਕਹਿੰਦੇ ਨੇ ਬਾਬੇ ਨਾਨਕ ਦੀ ਕਿਰਪਾ ਹੋ ਗਈ 25 ਤੱਕ ਜਿਹੜਾ ਇਹ ਟਾਰਗੇਟ ਚੱਲ ਜਾਏਗਾ, ਤੇ ਬਾਬੇ ਨਾਨਕ ਦੀ ਕਿਰਪਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਿਹੜੇ ਬੱਚੇ ਪਹੁੰਚੇ ਨੇ ਉਹਨਾਂ ਤੇ ਵੀ ਕਿਤੇ ਨਾ ਕਿਤੇ ਕਿਰਪਾ ਹੈ, ਤਾਂ ਸਾਡੇ ਪਰਿਵਾਰਾਂ ਤੇ ਵੀ ਕਿਰਪਾ ਹੈ। ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਕੰਨ ਸਾਹਿਬ ਵੱਲੋਂ ਜਿਹੜੀ ਹੈ ਇਹ ਭਾਜੀ ਕੱਢੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਜਿਹੜੀ ਹੈ ਕੱਢੀ ਗਈ ਹੈ, ਪਿਛਲੇ ਸਾਲ 10 ਟਨ ਸੀ ਤੇ ਇਸ ਸਾਲ ਜਿਹੜਾ ਹੈ 12 ਟਨ ਭਾਜੀ ਕੱਢੀ ਗਈ ਹੈ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਕੈਮਰਾ ਪਰਸਨ ਪਾਉਣਾ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ।